ਬਈ ਕਿਤਨਾ ਕਿਤੇ ਜਿਹੜੀ ਮਾਰਕੀਟ ਹੈ ਸਾਡੀ ਜਿਵੇਂ ਓਪਨ ਮਾਰਕੀਟ ਹੈ ਸਾਡਾ ਸਪੋਜ਼ ਬਿਜ਼ਨਸ ਹੈ ਟੀ-ਸ਼ਰਟ ਦਾ ਤਾਂ ਫੈਕਟਰੀ ਵਾਲੇ ਵੀ ਕਹਿਣ ਲੱਗ ਜਾਣਗੇ ਕਿ ਸਾਨੂੰ ਵੀ ਐਮਐਸਪੀ ਦਿਓ ਇਹਦੇ ਵਿੱਚ ਵੀ ਦੋ ਗੱਲਾਂ ਆਉਂਦੀਆਂ ਤੁਸੀਂ ਆਪਣਾ ਸਮਾਨ ਜਿਹੜਾ ਵੇਚਦੇ ਹੋ ਤੁਸੀਂ ਕੱਪੜੇ ਬਣਾ ਕੇ ਜਿਹੜੇ ਵੇਚਦੇ ਹੋ ਉਹ ਪਬਲਿਕ ਦੀ ਵੈਲਫੇਅਰ ਦੇ ਹਿੱਸੇ 'ਚ ਨਹੀਂ ਆਉਂਦਾ ਜਿਵੇਂ ਮੰਨ ਲਓ ਕੀ ਹੁੰਦਾ ਕਿ ਜਿਹੜੀ ਫਸਲ ਹੈ ਨਾ ਵੀਰੇ ਜਿਹੜੀ ਰੋਟੀ ਦਾ ਮੁੱਦਾ ਹੈ ਰੋਟੀ ਗਵਰਨਮੈਂਟ ਦੀ ਵੈਲਫੇਅਰ ਸਕੀਮ ਦਾ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਸਾਡੇ ਬਜਟ ਦਾ ਇੱਕ ਬਹੁਤ ਵੱਡਾ ਹਿੱਸਾ ਜਾਂਦਾ ਹੈ ਲੋਕਾਂ ਨੂੰ ਅੰਨ ਪਹੁੰਚਾਉਣ 'ਚ ਇਹ ਅੰਨ ਸਬਸਿਡੀ ਦੇ ਤੌਰ ਤੇ ਜਾਂਦਾ ਜਿਵੇਂ 4 ਰੁਪਏ ਕਿਲੋ ਆਟਾ 20 ਰੁਪਏ ਕਿਲੋ ਦਾਲ ਆਟਾ ਦਾਲ ਲੋਕਾਂ ਨੂੰ ਫ੍ਰੀ ਵੀ ਪਹੁੰਚਾਇਆ ਜਾਂਦਾ ਬਹੁਤ ਵੇ ਦੇਖਦਾ ਇੱਕ ਵੱਡਾ ਗਰੀਬ ਤਬਕਾ ਹੈ ਜਿਹਨੂੰ ਸਰਕਾਰਾਂ ਆਟਾ ਖਰੀਦ ਕੇ ਆਟਾ ਪਹੁੰਚਾਉਂਦੀਆਂ ਕੱਪੜਾ ਇਦਾਂ ਨਹੀਂ ਨਾ ਸਰਕਾਰਾਂ ਕਰਦੀਆਂ ਐਸ ਲਈ ਸਮਝੋ ਕਿ ਤੁਸੀਂ ਫ੍ਰੀਲੀ ਕੰਪੀਟ ਕਰ ਸਕਦੇ ਹੋ ਕਿਉਂਕਿ ਤੁਹਾਡੇ ਕੋਲ ਜਿਹੜੀ ਡਿਮਾਂਡ ਹੈ ਜਿਹੜੀ ਤੁਹਾਡਾ ਕਸਟਮਰ ਹੈ ਤੁਹਾਡਾ ਉਹ ਨਾਲ ਡਾਇਰੈਕਟ ਕਨੈਕਸ਼ਨ ਹੈ ਦੂਜੇ ਪਾਸੇ ਇੱਕ ਕਿਸਾਨ ਦਾ ਡਾਇਰੈਕਟ ਕਨੈਕਸ਼ਨ ਹੈ ਨਹੀਂ ਕੰਜ਼ਿਊਮਰ ਨਾਲ ਕਿਉਂਕਿ ਇੱਕ ਬਹੁਤ ਵੱਡਾ ਕੰਜ਼ਿਊਮਰ ਦੇਸ਼ ਦਾ ਇੱਕ ਬਹੁਤ ਵੱਡਾ ਪਰਸੈਂਟੇਜ ਜਿਹੜਾ ਹੈ ਉਹ ਸਰਕਾਰ ਤੋਂ ਸਹੂਲਤਾਂ ਲੈਂਦਾ ਹੈ ਉਹ ਸਰਕਾਰ ਦੇ ਰਾਸ਼ਨ ਡੀਪੂਆਂ ਤੋਂ ਸਹੂਲਤਾਂ ਲੈਂਦਾ ਹੈ ਸਰਕਾਰ ਉਹਨੂੰ ਜੇ ਤੁਸੀਂ ਇਹ ਨਹੀਂ ਕਰੋਗੇ ਮੰਨ ਲਓ ਮੈਂ ਡਾਇਰੈਕਟ ਵੇਚਣ ਲੱਗ ਜਾ ਫਿਰ ਤਾਂ ਕੰਪੇਟਿਟਿਵ ਮਾਰਕੀਟ ਹੋ ਗਈ ਫਿਰ ਮੰਨ ਲਓ ਕਿਸੇ ਨੂੰ ਫ੍ਰੀ ਆਟਾ ਨਹੀਂ ਮਿਲ ਰਿਹਾ ਫ੍ਰੀ ਦਾਲ ਨਹੀਂ ਮਿਲ ਰਹੀ ਫ੍ਰੀ ਚਾਵਲ ਨਹੀਂ ਮਿਲ ਰਹੇ ਫਿਰ ਉਹਦਾ ਵੀ ਨੁਕਸਾਨ ਹੈ ਨਾ ਗਰੀਬ ਦਾ ਐਸੇ ਲਈ ਜਿਹੜਾ ਮੁੱਦਾ ਰੋਟੀ ਦਾ ਨਾ ਉਹ ਇੱਕ ਵੈਲਫੇਅਰ ਦਾ ਮੁੱਦਾ ਹੈ ਉਹ ਇੱਕ ਵੈਲਫੇਅਰ ਸਕੀਮ ਦਾ ਮੁੱਦਾ ਹੈ ਐਸੇ ਲਈ ਸਰਕਾਰ ਇਨਵੋਲਡ ਹੁੰਦੀ ਹੈ ਜੇ ਅਸੀਂ ਡਿਵੈਲਪਡ ਕੰਟਰੀ ਹੁੰਦੇ ਜਿਵੇਂ ਅਮਰੀਕਾ ਵਰਗੀ ਕੰਟਰੀ ਹੁੰਦੇ ਆਪਾਂ ਆਪਾ ਡਿਵੈਲਪਿੰਗ ਕੰਟਰੀ ਆ ਜੇ ਆਪਾਂ ਡਿਵੈਲਪਡ ਕੰਟਰੀ ਹੁੰਦੇ ਜਿੱਥੇ ਸਾਰਿਆਂ ਦੀ ਪਰ ਕੈਪੀਟਾ ਇਨਕਮ ਜਿਹੜੀ ਹੈ ਹਰ ਬੰਦਾ ਵਧੀਆ ਕਮਾ ਰਿਹਾ ਹੈ ਫਿਰ ਫ੍ਰੀ ਮਾਰਕੀਟ ਹੋ ਸਕਦੀ ਹੈ ਕੋਈ ਦਿੱਕਤ ਨਹੀਂ ਹੈ ਪਰ ਜਦ ਬਹੁਤ ਵੱਡਾ ਤਬਕਾ ਲੈ ਡਾਇਰੈਕਟ ਗਵਰਨਮੈਂਟ ਤੋਂ ਰਹਿ ਰਾਸ਼ਨ ਕਾਰਡ ਦੇ ਦਮ ਤੇ ਆਪਣਾ ਰਾਸ਼ਨ ਪਾਣੀ ਖਰੀਦ ਰਿਹਾ ਸਰਕਾਰਾਂ ਤੋਂ ਸਬਸਿਡੀ ਲੈ ਕੇ ਖਰੀਦ ਰਿਹਾ ਤੇ ਸਰਕਾਰ ਨੇ ਖਰੀਦ ਕੇ ਅੱਗੇ ਵੇਚਣਾ ਤਾਂ ਫਿਰ ਸਰਕਾਰ